ਮੇਰੀ ਸਮੂਹ ਵਿਦਿਆਰਥੀਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ FIFA ਵਿਸ਼ਵ ਕੱਪ ਦਾ ਬੁਖਾਰ ਲਗਭਗ ਉਤਰ ਚੁੱਕਿਆ ਹੈ ਕਤਰ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਇਆ ਹੈ ਵਿਸ਼ਵ ਕੱਪ ਸੁਖੀ ਸੰਦੀ ਨਿਬੜ ਵੀ ਚੁੱਕਿਆ ਹੈ ਅਸੀਂ ਸਭ ਨੇ ਪਿਛਲੇ ਹਫ਼ਤੇ ਉਸ ਇਤਿਹਾਸਕ ਪਲ ਦੀ ਉਸ ਘੜੀ ਦੀ ਗਵਾਹੀ ਵੀ ਭਰੀ ਹੈ ਜਦੋਂ ਮੈਸੀ ਇਹ ਵਿਸ਼ਵ ਕੱਪ ਨੂੰ ਜਿੱਤਦਾ ਹੈ ਉਸ ਟਰੋਫੀ ਨੂੰ ਆਪਣੇ ਹੱਥਾਂ 'ਚ ਚੁੱਕਦਾ ਹੈ ਤੁਸੀਂ ਇੱਕ ਪਿੱਛੇ ਧੁੰਦਲੀ ਜੀ ਤਸਵੀਰ ਦੇਖ ਵੀ ਰਹੇ ਹੋਵੋਗੇ ਸਾਡੇ ਸਭ ਦੇ ਲਈ ਇਹ ਇੱਕ ਇਤਿਹਾਸਕ ਪਲ ਸੀ ਇੱਕ ਘੜੀ ਸੀ ਪਰ ਮੈਸੀ ਦਾ ਪੂਰੇ ਦਾ ਪੂਰਾ ਖੇਡ ਜੀਵਨ ਇਸ ਵਿਸ਼ਵ ਕੱਪ ਦੇ ਪਿੱਛੇ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਫੁੱਟਬਾਲ ਦੇ ਵਿਸ਼ੇ ਪੱਧਰ ਤੇ ਖਿਡਾਰੀ ਨੇ ਉਹ ਆਪਣੇ ਮੁਲਕ ਵੱਲੋਂ ਤਾਂ ਖੇਡਦੇ ਹੀ ਨੇ ਪਰ ਉਸ ਦੇ ਨਾਲ ਕਿਸੇ ਨਾ ਕਿਸੇ ਕਲੱਬ ਵੱਲੋਂ ਵੀ ਖੇਡਦੇ ਨੇ ਇਹ ਕਲੱਬ ਆਮ ਤੌਰ ਤੇ ਯੂਰਪ ਦੇ ਕਿਸੇ ਮੁਲਕ ਦੇ ਕਲੱਬ ਹੁੰਦੇ ਆ ਲਾਤੀਨ ਅਮਰੀਕੀ ਮੁਲਕਾਂ ਦੇ ਵੀ ਕੁਝ ਕਲੱਬ ਨੇ ਜਿੰਨਾਂ ਵੱਲੋਂ ਇਹ ਖਿਡਾਰੀ ਖੇਡਦੇ ਨੇ ਮੈਸੀ 2002-04 ਦਾ ਜਿਹੜਾ ਸਮਾਂ ਉਦੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕਰਦਾ। ਅਰਜنٹੀਨਾ ਵੱਲੋਂ ਖੇਡਣ ਦੇ ਨਾਲ ਨਾਲ ਉਹ ਸਪੇਨ ਦੇ ਇੱਕ ਕਲੱਬ ਬਾਰਸੀਲੋਨਾ ਵੱਲੋਂ ਖੇਡਦਾ। ਕਰੀਬ 17 ਤੋਂ 18 ਸਾਲ ਦਾ ਸਮਾਂ ਪਿਛਲੇ ਸਾਲ ਤੱਕ ਬਾਰਸੀਲੋਨਾ ਵੱਲੋਂ ਖੇਡਦਿਆਂ ਉਹ ਇਹਨਾਂ ਕਰਾਰਾਂ ਨੂੰ ਖਤਮ ਕਰਕੇ ਫਿਰ ਫਰਾਂਸ ਦੇ ਇੱਕ ਕਲੱਬ ਪੀਐਸਜੀ ਵੱਲੋਂ ਖੇਡਣਾ ਸ਼ੁਰੂ ਕਰਦਾ ਜੋ ਕਿ ਹਲੇ ਤੱਕ ਜਾਰੀ ਹੈ। ਤਾਂ ਬਾਰਸੀਲੋਨਾ ਨਾਲ ਜੋ ਲੰਬਾ ਸਮਾਂ ਮੈਸੀ ਨੇ گزارਿਆ ਹੈ ਉਸ ਖੇਡ ਜੀਵਨ ਦੇ ਵਿੱਚ ਉਸ ਕੈਰੀਅਰ ਦੇ ਵਿੱਚ ਮੈਸੀ ਨੇ ਕਾਫੀ ਖਿਤਾਬ ਬਾਰਸੀਲੋਨਾ ਨੂੰ ਜਿਤਾਏ ਨੇ ਲਾਲ ਲੀਗਾ ਚੈਂਪੀਅਨਸ਼ਿਪ ਬਹੁਤ ਵਾਰ ਜਿਤਾਈ ਹੈ ਪੂਰੇ ਯੂਰਪ ਦੀ ਜੋ ਚੈਂਪੀਅਨਜ਼ ਲੀਗ ਹੁੰਦੀ ਹੈ ਉਸ ਨੂੰ ਬਹੁਤ ਵਾਰ ਜਿੱਤੇ ਹੈ ਮੈਸੀ ਨੇ ਕੁਝ ਨਿੱਜੀ ਅਵਾਰਡ ਬਹੁਤ ਵਾਰ ਜਿੱਤੇ ਨੇ ਜਿਦੇ ਵਿੱਚ ਫੁੱਟਬਾਲ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਸਭ ਤੋਂ ਜਿਹੜਾ ਪ੍ਰਮੁੱਖ ਅਵਾਰਡ ਹੈ ਬੈਲਨ ਡੀਆਰ ਉਸ ਨੂੰ ਕਾਫੀ ਵਾਰ ਜਿੱਤੇ ਹੈ ਇਹ ਸਾਰੇ ਜੀਵਨ ਦੇ ਵਿੱਚ ਬਾਰਸੀਲੋਨਾ ਵੱਲੋਂ ਖੇਡਦੇ ਮੈਸੀ ਤੇ ਲਗਾਤਾਰ ਇਲਜ਼ਾਮ ਲੱਗਦੇ ਰਹੇ ਕਿ ਅਰਜنٹੀਨਾ ਵੱਲੋਂ ਮੈਸੀ ਉਸ ਕਿਸਮ ਦੀ ਖੇਡ ਨਹੀਂ ਦਿਖਾ ਸਕਿਆ ਉਸ ਕਿਸਮ ਦੀ ਸਮਰੱਥਾ ਅਨੁਸਾਰ ਅਵਾਰਡ ਨਹੀਂ ਜਿੱਤ ਸਕਿਆ ਜਿੰਨੇ ਉਹ ਬਰਾਬਰ ਬਾਰਸੀਲੋਨਾ ਵੱਲੋਂ ਜਿੱਤਦਾ ਰਿਹਾ ਮੈਸੀ ਤੇ ਕਪਤਾਨ ਹੁੰਦਿਆਂ ਇਹ ਇਲਜ਼ਾਮ ਲੱਗੇ ਨੇ ਕਿ ਉਹ ਟੀਮ ਨੂੰ ਚੰਗੀਆਂ ਪੋਜੀਸ਼ਨਾਂ ਤੱਕ ਲੈ ਕੇ ਜਾਂਦਾ ਰਿਹਾ ਹੈ ਫਾਈਨਲ ਤੱਕ ਲੈ ਜਾਂਦਾ ਰਿਹਾ ਪਰ ਵੱਡੀਆਂ ਟਰਾਫੀਆਂ ਜਿੱਤਣ ਤੋਂ ਸਮਰਥ ਰਿਹਾ ਨਾ ਉਹ ਵਿਸ਼ਵ ਕੱਪ ਜਿੱਤ ਸਕਿਆ ਨਾ ਉਹ ਕੋਪਾ ਅਮਰੀਕਾ ਜਿੱਤ ਸਕਿਆ ਤਾਂ ਇਸ ਤਰ੍ਹਾਂ ਦੇ ਜੋ ਇਲਜ਼ਾਮ ਸੀ ਉਹ ਵੀ ਨੈਮੈਸੀ ਉਹ ਵੀ ਮੈਸੇਜ ਨੇ ਆਪਣੇ ਜੀਵਨ ਦੇ ਵਿੱਚ ਮਤਲਬ ਝੱਲੇ ਨੇਗੇ 2015 ਦੇ ਵਿੱਚ ਇਹ ਇਲਜ਼ਾਮ ਇੰਨੇ ਕੁ ਵਧ ਗਏ ਸੀ ਕਿ ਕੋਪਾ ਅਮਰੀਕਾ ਦਾ ਫਾਈਨਲ ਮੈਚ ਹਾਰਨ ਤੋਂ ਬਾਅਦ ਨਮੋਸ਼ੀ ਦੇ ਵਿੱਚ ਇਨ੍ਹਾਂ ਇਲਜ਼ਾਮਾਂ ਨੂੰ ਝੱਲਦੇ ਹੋਏ ਮੈਸੀ ਨੇ ਖੇਡ ਜੀਵਨ ਤੋਂ ਵੀ ਸੰन्यास ਲੈ ਲਿਆ ਸੀ ਕਿ ਅੱਜ ਤੋਂ ਬਾਅਦ ਉਹ ਅਰਜنٹੀਨਾ ਵੱਲੋਂ ਨਹੀਂ ਖੇਡੇਗਾ ਪਰ ਅਰਜنٹੀਨਾ ਦੇ ਖੇਡ ਪ੍ਰੇਮੀਆ ਵਿਸ਼ਵ ਭਰ ਦੇ ਖੇਡ ਪ੍ਰੇਮੀਆ ਇਸ ਦੇ ਨਾਲ-ਨਾਲ ਕੁਝ ਅਧਿਕਾਰੀਆਂ ਦੀ ਸਲਾਹ ਦੇ ਨਾਲ ਉਹਨਾਂ ਦੇ ਪ੍ਰੈਸ਼ਰ ਦੇ ਨਾਲ ਮੈਸੀ ਨੇ ਵਾਪਸ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਅਰਜنٹੀਨਾ ਵੱਲੋਂ ਖੇਡਣਾ ਦੁਬਾਰਾ ਜਾਰੀ ਕੀਤਾ ਤੇ ਉਹ ਜਿਹੜੀ ਦੁਬਾਰਾ ਸ਼ੁਰੂਆਤ ਕੀਤੀ 2015 ਦੇ ਵਿੱਚੋਂ ਮੈਸੀ ਨੂੰ 2021 ਦਾ ਕੋਪਾ ਅਮਰੀਕਾ ਵਿੱਚ ਜਿੱਤੋਂਦੀ ਹੈ 2021 ਦੇ ਵਿੱਚ ਹੀ ਜਿਹੜੀ ਕੋਪਾ ਅਮਰੀਕਾ ਤੇ ਯੂਰੋ ਦੀਆਂ ਚੈਂਪੀਅਨ ਟੀਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਫਾਈਨਲ ਜਿੰਮਾ ਮੈਚ ਹੁੰਦਾ ਉਸ ਦੇ ਵਿੱਚ ਇਟਲੀ ਨੂੰ ਹਰਾ ਕੇ ਉਹ ਟਰੋਫੀ ਵਿੱਚ ਜਿੱਤੀ ਜਾਂਦੀ ਹੈ ਤੇ ਉਸ ਦਾ ਅੰਤ ਇੱਥੇ ਆ ਕੇ ਹੁੰਦਾ ਕਿ 2022 ਦਾ ਵਿਸ਼ਵ ਕੱਪ ਜੋ ਅਰਜنٹੀਨਾ ਆਪਣੇ ਵੱਲੋਂ ਦੋ ਵਾਰ ਜਿੱਤਿਆ ਹੋਇਆ ਸੀ ਪਰ ਮੈਸੀ ਦੇ ਖੇਡ ਜੀਵਨ ਵਿੱਚ ਨਹੀਂ ਸੀ ਜਿੱਤਿਆ ਗਿਆ ਉਹ ਵੀ ਆਖਰ ਨੂੰ ਜਿੱਤਿਆ ਜਾਂਦਾ ਤਾਂ ਮੈਸੀ ਨੇ ਉਹ ਸਾਰੇ ਧੋਨੇ ਵੀ ਧੋਏ ਨੇ ਉਹ ਸਾਰੇ ਲਾਂਬੇ ਵੀ ਲਾਹੇ ਨੇ ਆਪਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਦੇਖਾਂਗੇ ਕਿ ਮੈਸੀ ਦਾ ਜਿਹੜਾ 2004 ਤੋਂ ਬਾਅਦ ਖੇਡ ਜੀਵਨ ਹੈ ਉਹ ਅੰਤਰਰਾਸ਼ਟਰੀ ਫੁੱਟਬਾਲ ਖੇਡਦਾ ਹੈ ਕਲੱਬ ਬਾਰਸੀਲੋਨਾ ਵੱਲੋਂ ਖੇਡਦਾ ਹੈ ਅਰਜنٹੀਨਾ ਮੁਲਕ ਵੱਲੋਂ ਖੇਡਦਾ ਹੈ ਪਰ ਉਸ ਦੇ ਪਿੱਛੇ ਦੀ ਵੀ ਇੱਕ ਮੈਸੀ ਦੀ ਕਹਾਣੀ ਹੈ ਤੁਸੀਂ ਥੰਬਨੇਲ ਦੇ ਵਿੱਚ ਵੀ ਦੇਖ ਪਾ ਰਹੇ ਹੋ ਤੁਸੀਂ ਮੈਸੀ ਨੂੰ ਗੋਲ ਕਰਦੇ ਆ ਲਗਭਗ ਸਭ ਨੇ ਦੇਖਿਆ ਹੋਊਗਾ ਮੈਸੀ ਨੂੰ ਗੋਲ ਦੇ ਜਸ਼ਨ ਮਨਾਉਂਦੇ ਸਭ ਨੇ ਦੇਖਿਆ ਹੋਊਗਾ ਤਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਜਾਣਾਂਗੇ ਕਿ ਇਸ ਤਰ੍ਹਾਂ ਜੋ ਆਮ ਤੌਰ ਤੇ ਉਸ ਨੂੰ ਆਪਾਂ ਜਸ਼ਨ ਮਨਾਉਂਦੇ ਦੇਖਦੇ ਆ ਉਸ ਦੀ ਕੀ ਇਮਯੀਤ ਹੈ ਇਹ ਕਿੱਥੋਂ ਇਸ ਦੀ ਸ਼ੁਰੂਆਤ ਹੋਈ ਤਾਂ ਤੁਸੀਂ ਇਸ ਤਰ੍ਹਾਂ ਮੈਸੀ ਨੂੰ ਜਸ਼ਨ ਮਨਾਉਂਦੇ ਬਾਰਸੀਲੋਨਾ ਵੱਲੋਂ ਖੇਡਦੇ ਆ ਅਰਜنٹੀਨਾ ਵੱਲੋਂ ਪੀਐਸਜੀ ਵੱਲੋਂ ਖੇਡਦੇ ਆ ਦੇਖਿਆ ਹੀ ਹੈ ਬਾਰਸੀਲੋਨਾ ਵੱਲੋਂ ਅਰਜنٹੀਨਾ ਬਾਰਸੀਲੋਨਾ ਤਾਂ ਇਹ तमाम ਕਲੱਬ ਇਹ ਅਰਜنٹੀਨਾ ਮੁਲਕ ਵੱਲੋਂ ਇਹਨਾਂ ਵੱਖ-ਵੱਖਰੀਆਂ ਜਰਸੀਆਂ ਦੇ ਵਿੱਚ ਮੈਸੀ ਜਦੋਂ ਵੀ ਗੋਲ ਦਾਗਦਾ ਤਾਂ ਕੁਝ ਇਸ ਤਰ੍ਹਾਂ ਉਹ ਜਸ਼ਨ ਮਨਾਉਂਦਾ ਹੈ ਤਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਦੇਖਾਂਗੇ ਕਿ ਇਸ ਤਰ੍ਹਾਂ ਜਸ਼ਨ ਮਨਾਉਣ ਦੀ ਵੀ ਉਸ ਦੀ ਕੀ ਯਹਮੀਅਤ ਹੈ ਉਸ ਤੋਂ ਪਹਿਲਾਂ ਥੋੜੀ ਜਿਹੀ ਝਾਤ ਮਾਰਾਂਗੇ ਕਿ ਮੈਸੀ ਦਾ ਜਿਹੜਾ ਬਚਪਨ ਸੀਗਾ ਉਹ ਕਿਹੋ ਜਿਹਾ ਲੰਘਿਆ ਕਾਫੀ ਤੱਥ ਤੁਸੀਂ ਮੈਸੀ ਬਾਰੇ ਜਾਣੇ ਹੋਣਗੇ ਕਿ ਮੈਸੀ ਨੂੰ ਜਦੋਂ ਪਹਿਲੀ ਵਾਰ ਸਾਈਨ ਕੀਤਾ ਗਿਆ ਸੀ ਬਾਰਸੀਲੋਨਾ ਵੱਲੋਂ ਤਾਂ ਇੰਨੀ ਕਾਲੀਚ ਸਾਈਨ ਕੀਤਾ ਗਿਆ ਸੀਗਾ ਕਿ ਕੋਈ ਅਫੀਸ਼ੀਅਲ ਪੇਪਰ ਕੋਈ ਐਫੀਡੇਵਿਟ ਸਾਈਨ ਕਰਵਾਉਣ ਦੀ ਜਗ੍ਹਾ ਇੱਕ ਟਿਸ਼ੂ ਪੇਪਰ ਲੈ ਕੇ ਉਹਦੇ ਤੇ ਹੀ ਕਰਾਰ ਕਰ ਲਿਆ ਗਿਆ ਸੀਗਾ ਇਹੋ ਜਿਹੇ ਤੱਥ ਵੀ ਤੁਸੀਂ ਸੁਣੇ ਹੋਣਗੇ ਤਾਂ ਆਪਾਂ ਜਾਣਦੇ ਆ ਕਿ ਮੈਸੀ ਦਾ ਬਚਪਨ ਕਿਹੋ ਜਿਹਾ ਲੰਘਿਆ ਸੀਗਾ ਤੇ ਮੈਸੀ ਦੇ ਬਚਪਨ ਤੋਂ ਲੈ ਕੇ ਇੱਕ ਮਨੁੱਖ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਕਮਾਲ ਦਾ ਹੁਣ ਤੱਕ ਦਾ ਵਿਸ਼ਵ ਪੱਧਰ ਦਾ ਸਭ ਤੋਂ ਚੰਗਾ ਸਭ ਤੋਂ ਸਮਰੱਥਾ ਭਰਪੂਰ ਖੜ੍ਹਾ ਰੀ ਬਣਨ ਤੱਕ ਦਾ ਉਸ ਦਾ ਸਫ਼ਰ ਕੀ ਹੈ ਆ ਮੈਸੀ ਦੀ ਬਚਪਨ ਦੀ ਫੋਟੋ ਤੁਸੀਂ ਦੇਖ ਸਕਦੇ ਹੋਵੋਗੇ ਆ ਵੀ ਕੋਈ ਜ਼ਿਆਦਾ ਵੱਡੀ ਉਮਰ ਦੀ ਨਹੀਂ ਬਹੁਤ ਬਚਪਨ ਦੀ ਹੀ ਫੋਟੋ ਹੈ ਪਰ ਹੱਥ ਵਿੱਚ ਇੱਕ ਟਰੋਫੀ ਫੜੀ ਹੋਈ ਹੈ ਬਾਰਸੀਲੋਨਾ ਦੀ ਕਿੱਟ ਦੇ ਵਿੱਚ ਦੇਖ ਰਹੇ ਹੋ ਥੋੜਾ ਜਿਹਾ ਹੋਰ ਵੱਡਾ ਹੁੰਦਾ ਹਲੇ ਵੀ ਬਾਰਸੀਲੋਨਾ ਦੀ ਜਰਸੀ ਪਾਈ ਹੈ ਆ ਹੁਣ ਤੱਕ ਦੀ ਕੁਝ ਪਿਛਲੇ ਸਾਲਾਂ ਦੀ ਫੋਟੋ ਹੈ ਜਿਦੇ ਵਿੱਚ ਫੇਰ ਉਹਨੇ ਬਾਰਸੀਲੋਨਾ ਦੀ ਜਰਸੀ ਪਾਈ ਹੋਈ ਹੈ ਫੁੱਟਬਾਲ ਪ੍ਰੇਮੀ ਮੈਸੀ ਦੇ ਪ੍ਰੇਮੀ ਜਾਣਦੇ ਹੋਣਗੇ ਕਿ ਮੈਸੀ ਨੇ ਇਸ ਤਰ੍ਹਾਂ ਦੀ ਦਾੜ੍ਹੀ ਪਿਛਲੇ 2 ਸਾਲਾਂ ਤੋਂ ਵਧਾਈ ਹੋਈ ਹੈ ਤਾਂ ਇਹ 2019 ਜਾਂ ਇਹ ਸਾਰਾ ਮੈਸੀ ਦਾ ਸਫਰ ਦੇਖਾਂਗੇ ਸਭ ਤੋਂ ਪਹਿਲਾਂ ਜਾਣਦੇ ਕਿ ਮੈਸੀ ਦਾ ਬਚਪਨ ਕਿਹੋ ਜਿਹਾ ਲੰਘਿਆ ਸੀਗਾ ਮੈਸੀ 1987 ਦੇ ਵਿੱਚ ਜੰਮਿਆ ਸਾਡੇ ਤੋਂ ਕੋਈ 4-5 ਸਾਲ ਕੁ ਵੱਡੇਗਾ ਤਾਂ ਉਮਰਾਂ ਦਾ حساب ਜਲਾਈਏ ਤੁਸੀਂ ਮੈਥ ਸਾਰੇ ਕਰਦੇ ਹੋਵੋਗੇ ਕਿ ਅੱਜ ਮੈਸੀ ਦੀ ਉਮਰ ਕੁਝ 35 ਕੋ ਸਾਲ ਬਣਦੀ ਹੈਗੀ ਲੰਗੀ ਜੂਨ ਦੇ ਵਿੱਚ 35 ਸਾਲ ਦਾ ਹੋਇਆ ਸੀਗਾ ਜਨਮ ਹੋਇਆ ਸੀ ਰੋਜ਼ਾਰੀਓ ਸ਼ਹਿਰ ਦੇ ਵਿੱਚ ਜੋ ਅਰਜنٹੀਨਾ ਦਾ ਇੱਕ ਸ਼ਹਿਰ ਹੈ ਮੈਸੀ ਦਾ ਪਿਤਾ ਇੱਕ ਮਿੱਲ ਦੇ ਵਿੱਚ ਮੈਨੇਜਰ ਸੀ ਮੈਨੇਜਰ ਤੋਂ ਪਾਵੇ ਨਹੀਂ ਸੀਗਾ ਕਿ ਬਹੁਤ ਚੰਗੀ ਕਮਾਈ ਹੁੰਦੀ ਸੀ ਇੱਕ ਆਮ ਤੌਰ ਤੇ ਜੋ ਕਿਸੇ ਨੌਕਰੀ ਪੇਸ਼ੇ ਵਾਲੇ ਬੰਦੇ ਨੂੰ ਕਮਾਈ ਹੁੰਦੀ ਸੀ ਉਸ ਕਿਸਮ ਦਾ ਪਰਿਵਾਰ ਚੱਲਦਾ ਸੀ ਕਿ ਪੌਕੇਟ ਟੂ ਮਾਉਥ ਉਹਦੀ ਅਰਨਿੰਗ ਸੀ ਜਿੰਨਾ ਕ ਕਮਾਉਂਦੇ ਸੀ ਓਨਾਂ ਕ ਲੱਗ ਜਾਂਦਾ ਸੀ ਖਾ ਪੀ ਲੈਂਦੇ ਸੀ ਹੋਰ ਖਰਚੇ ਪੂਰੇ ਹੁੰਦੇ ਸੀ ਮਾਤਾ ਹਾਊਸ ਵਾਈਫ ਸੀ ਤਿੰਨ ਭੈਣ ਭਰਾ ਇਸ ਤੋਂ ਬਿਨਾ ਸੀਗੇ ਮੈਸੀ ਦੇ ਦੋ ਵੱਡੇ ਭਰਾ ਸੀ ਤੀਜਾ ਖੁਦ ਸੀਗਾ ਤੇ ਚੌਥੀ ਇੱਕ ਛੋਟੀ ਭੈਣ ਸੀਗੀ ਛੋਟੇ ਹੁੰਦੇ ਤੋਂ ਮੈਸੀ ਦੇ ਜਿਹੜੇ ਦੋਨੇ ਵੱਡੇ ਭਰਾ ਸੀ ਉਹ ਵੀ ਲਗਾਤਾਰ ਫੁੱਟਬਾਲ ਖੇਡਦੇ ਸੀ ਮੈਸੀ ਉਹਨਾਂ ਨੂੰ ਦੇਖ ਦੇਖ ਕੇ ਖੇਡਣਾ ਸ਼ੁਰੂ ਕਰਦਾ ਹੈਗਾ ਖੇਡਣਾ ਸ਼ੁਰੂ ਨਹੀਂ ਕਰਦਾ ਤਾਂ ਉਹਨਾਂ ਨੂੰ ਖੇਡਣ ਖੇਡਦੇ ਆ ਦੇਖਣ ਜਾਂਦਾ ਹੈਗਾ ਮੈਸੀ ਦੇ ਦੋ ਕਜ਼ਨ ਭਰਾ ਵੀ ਸੀ ਉਹ ਵੀ ਚੰਗੇ ਫੁੱਟਬਾਲਰ ਅੱਗੇ ਜਾ ਕੇ ਬਣਦੇ ਨੇ ਕਿ ਮੈਸੀ ਉਹਨਾਂ ਨੂੰ ਵੀ ਖੇਡਦੇ ਆ ਦੇਖਦਾ ਉਹਨਾਂ ਨੂੰ ਖੇਡਦੇ ਆ ਦੇਖ ਕੇ ਵੱਡਾ ਹੁੰਦਾ ਹੈਗਾ ਮੈਸੀ ਦੀ ਭੈਣ ਵੀ ਇੰਨਾ ਵਿੱਚ ਸ਼ਾਮਲ ਸੀ ਜਦੋਂ ਉਹ ਇਕੱਠੇ ਖੇਡਣ ਜਾਂਦੇ ਆ ਇਕੱਠੇ ਖੇਡਦੇ ਨੂੰ ਦੇਖਣ ਜਾਂਦੇ ਆ ਤੇ ਇੱਕ ਸਭ ਤੋਂ ਪ੍ਰਮੁੱਖ ਮੈਂਬਰ ਪਰਿਵਾਰ ਦਾ ਸੀਗਾ ਮੈਸੀ ਦੀ ਦਾਦੀ ਜਿਸ ਨਾਲ ਮੈਸੀ ਨੇ ਸਭ ਤੋਂ ਜ਼ਿਆਦਾ ਸਮਾਂ ਬਤਾਇਆ ਤੇ ਸਭ ਤੋਂ ਜ਼ਿਆਦਾ ਸਮਾਂ ਬਤਾਉਣ ਦਾ ਇੱਕ ਸਿੱਧਾ ਸਬੰਧ ਤਾਂ ਇਹੇ ਸੀਗਾ ਕਿ ਜਿਹੜਾ ਬੱਚੇ ਦਾ ਆਮ ਤੌਰ ਤੇ ਦਾਦੀ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਅਸੀਂ ਸਾਰੇ ਕਿਤੇ ਦੇਖਦੇ ਹਾਂ ਦੁਨੀਆ ਭਰ ਦੇ ਵਿੱਚ ਦਾਦੀ ਤੇ ਪੋਤੇ ਦਾ ਦਾਦੀ ਤੇ ਪੋਤੀ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਇੰਨਾ ਨਿੱਗਾ ਇੰਨਾ ਪਿਆਰਾ ਹੁੰਦਾ ਹੈਗਾ ਕਿ ਇਹਨਾਂ ਦੀ ਆਪਸ ਵਿੱਚ ਸਾਂਝ ਹੁੰਦੀ ਆ ਤਾਂ ਉਸ ਉਸ ਕਿਸਮ ਦੀ ਇੱਕ ਸਾਂਝ ਸੀ ਪਰ ਉਸ ਤੋਂ ਵੀ ਜ਼ਿਆਦਾ ਸਾਂਝ ਇਹ ਸੀ ਕਿ ਮੈਸੀ ਦੀ ਦਾਦੀ ਹੀ ਜ਼ੋਰ ਪਾ ਕੇ ਮੈਸੀ ਨੂੰ ਖੇਡਣ ਲਾਉਂਦੀ ਆ ਮੈਸੀ ਦੀ ਦਾਦੀ ਹੀ ਜ਼ੋਰ ਪਾ ਕੇ ਮੈਸੀ ਦੇ ਮਾਪਿਆਂ ਨੂੰ ਜ਼ੋਰ ਪਾਉਂਦੀ ਹੈ ਕਿ ਮੈਸੀ ਨੂੰ ਇੱਕ ਫੁੱਟਬਾਲ ਦੀ ਕਿੱਟ ਲੈ ਕੇ ਦਿੱਤੀ ਜਾਵੇ, ਫੁੱਟਬਾਲ ਖੇਡਣ ਵਾਲੇ ਸਟੱਡ ਲੈ ਕੇ ਦਿੱਤੇ ਜਾਣ ਤਾਂ ਮੈਸੀ ਦੀ ਦਾਦੀ ਇਸ ਸਭ ਦੇ ਪਿੱਛੇ ਹੈ। ਜਦੋਂ ਜ਼ਿੰਦਗੀ 'ਚ ਮੈਸੀ ਨੇ ਪਹਿਲੀ ਵਾਰ ਫੁੱਟਬਾਲ ਵਾਲੀ ਕਿੱਟ ਪਾਈ ਹੋਣੀ ਹੈ, ਫੁੱਟਬਾਲ ਵਾਲੇ ਬੂਟ ਕਸੇ ਹੋਣੇ ਆ ਉਸ ਦੇ ਪਿੱਛੇ ਉਸ ਦੇ ਕੋਲ ਉਸ ਦੀ ਦਾਦੀ ਖੜੀ ਸੀ। ਤਾਂ ਮੈਸੀ ਦੀ ਦਾਦੀ ਅੱਜ ਦੇ ਮੈਸੀ ਦੇ ਪਿੱਛੇ ਖੜੀ, ਅੱਜ ਦੇ ਮੈਸੀ ਨੂੰ ਬਣਾਉਣ ਵਾਲੀ ਉਨੂੰ ਘੜਨ ਵਾਲੀ ਉਸਦੀ ਦਾਦੀ ਹੈ ਤਾਂ ਉਹਦਾ ਦਾਦੀ ਨਾਲ ਇੰਨਾ ਪਿਆਰ ਸੀਗਾ ਕਿ ਜ਼ਿਆਦਾ ਸਮਾਂ ਵੀ ਬਚਪਨ ਦੇ ਵਿੱਚ ਦਾਦੀ ਦੇ ਨਾਲ گزارਿਆ ਇਹ ਮੈਸੀ ਦੀ ਕੁਝ ਬਚਪਨ ਦੀ ਫੋਟੋ ਹੈ ਖੈਰ ਇਸ ਤੋਂ ਵੀ ਛੋਟੀ ਉਮਰ ਦੀ ਫੋਟੋ ਹੈ ਗਿਆ ਨੇ ਇਹ ਫੋਟੋ ਬਾਲ ਸਮੇਤ ਫੋਟੋ ਹੈ ਇਸ ਦੇ ਨਾਲ ਕੀ ਹੁੰਦਾਗਾ ਕਿ ਮੈਸੀ ਦੇ ਦੋਨੇ ਭਰਾ ਨੇ ਮੈਸੀ ਉਦੋਂ ਕਰੀਬ 4 ਕੁ ਸਾਲ ਦਾ ਹੀ ਹੁੰਦਾ ਮੈਸੀ ਦੇ ਜਿਹੜੇ ਦੋਨੇ ਵੱਡੇ ਭਰਾ ਨੇ ਉਹ ਲੋਕਲ ਜਿਹੜਾ ਕੁਝ ਕਲੱਬ ਹੈ ਉਹਦੇ ਵੱਲੋਂ ਉਹਦੇ ਵੱਲੋਂ ਖੇਡਣ ਜਾਂਦੇ ਨੇ ਇੱਕ ਦਿਨ ਦਾ ਵਾਕ ਇਹ ਹੈ ਕਿ ਮੈਸੀ ਦੇ ਦੋਨੇ ਭਰਾਵਾਂ ਨੇ ਆਪਣੇ ਕਲੱਬ ਵੱਲੋਂ ਖੇਡਣ ਜਾਣਾ ਸੀਗਾ ਮੈਸੀ ਆਪਦੇ ਪਰਿਵਾਰ ਸਮੇਤ ਉਹ ਮੈਚ ਦੇਖਣ ਗਿਆ ਹੋਇਆ ਸੀ ਦੋਨੇ ਭਰਾਵਾਂ ਦੀ ਜਿਹੜੀ ਟੀਮ ਸੀ ਉਸ ਟੀਮ ਦੇ ਵਿੱਚ ਇੱਕ ਖਿਡਾਰੀ ਦੀ ਕਮੀ ਰਹਿ ਗਈ ਜੀਦੇ ਕਰਕੇ ਕੋਚ ਨੂੰ ਇਹ ਹੋਇਆ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੌਕੇ ਤੋਂ ਕਿਸੇ ਖਿਡਾਰੀ ਨੂੰ ਸ਼ਾਮਲ ਕਰਕੇ ਬੱਚਿਆਂ ਦਾ ਉਹ ਮੈਚ ਸੀਗਾ ਦੋਨੇ ਭਰਾ ਵੀ ਜਿਆਦਾ ਉਮਰ ਦੇ ਨਹੀਂ ਸੀ ਛੋਟੇ ਹੀ ਸੀ ਕਿਸੇ ਬੱਚੇ ਨੂੰ ਸ਼ਾਮਲ ਕਰਕੇ ਟੀਮ ਪੂਰੀ ਕੀਤੀ ਜਾਵੇ ਤਾਂ ਕਿ ਮੈਚ ਖੇਡਿਆ ਜਾਵੇ ਤਾਂ ਉਹਨੇ ਭੀੜ ਦੇ ਵਿੱਚੋਂ ਆਪਣੇ ਉਹ ਜਿਹੜੇ ਜਿਹੜੇ ਮੈਸੀ ਦੇ ਦੋਨੇ ਭਰਾ ਸੀ ਉਹਨਾਂ ਦੀ ਸਲਾਹ ਦੇ ਨਾਲ ਭੀੜ ਦੇ ਵਿੱਚੋਂ ਮੈਸੀ ਨੂੰ ਬੁਲਾਇਆ ਮੈਸੀ ਨੂੰ ਕਿਹਾ ਕਿ ਤੂੰ ਅੱਜ ਦਾ ਸਮਾਂ ਸਾਡਾ ਲੰਘਾ ਆ ਮਾੜਾ ਜਾਂ ਮੈਚ ਖੇਡ ਤਾਂ ਉਹ ਪਹਿਲਾ ਪਲ ਸੀਗਾ ਜਦੋਂ ਮੈਸੀ ਨੂੰ ਆਫੀਸ਼ੀਅਲ ਤੌਰ ਤੇ ਕਿਸੇ ਟੀਮ ਵੱਲੋਂ ਖੇਡਣ ਦਾ ਮੌਕਾ ਮਿਲਿਆ ਸੀਗਾ ਉਸ ਕੋਚ ਦਾ ਨਾਮ ਸ਼ਾਇਦ ਸੈਲਵਾਡੋਰ ਕੁਛ ਸੀਗਾ ਮੈਨੂੰ ਚੰਗੀ ਤਰ੍ਹਾਂ ਨਾਮ ਨਹੀਂ ਯਾਦ ਆ ਰਿਹਾ ਤਾਂ ਉਹ ਪਹਿਲਾ ਮੌਕਾ ਸੀ ਜਦੋਂ ਮੈਸੀ ਨੂੰ ਖੇਡਣ ਦਾ ਮੌਕਾ ਮਿਲਿਆ ਫਿਰ ਉਸ ਤੋਂ ਬਾਅਦ ਕੀ ਹੈ ਜਸਟ ਲੁੱਕ ਐਟ ਹਿਸ ਸਮਾਲ ਲੈਗਸ ਆ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਸੀ ਨੇ ਖੇਡਣਾ ਸ਼ੁਰੂ ਕੀਤਾ 4 ਸਾਲ ਤੋਂ ਬਾਅਦ ਉਮਰ ਉਹਦੀ 6 ਸਾਲ ਹੁੰਦੀ ਹੈ 4 ਤੋਂ 6 ਸਾਲ ਦਾ ਜਿਹੜਾ 2 ਸਾਲ ਦਾ ਸਮਾਂ ਉਹਦੇ ਵਿੱਚ ਮੈਸੀ ਲਗਾਤਾਰ ਉਹਨਾਂ ਵੱਲੋਂ ਖੇਡਦਾ ਹੈਗਾ ਉਸ ਕੋਚ ਨੂੰ ਮੈਸੀ ਦਾ ਖੇਡਣਾ ਇੰਨਾ ਕਿ ਪਸੰਦ ਆਉਂਦਾ ਕਿ ਉਹ ਲਗਾਤਾਰ ਹੀ ਉਹਨੂੰ ਖੜਾਉਣ ਲੱਗ ਜਾਂਦਾ ਤੇ ਆ ਇੱਕ ਫੋਟੋ ਗਵਾਹ ਵੀ ਹੈ ਕਿ ਜਦੋਂ 4-5 ਕੁ ਸਾਲ ਦਾ ਮੈਸੀ ਸੀਗਾ ਉਦੋਂ ਕੁਝ ਇਹੋ ਜਿਹੇ ਛੋਟੇ-ਮੋਟੇ ਅਵਾਰਡ ਛੋਟੇ-ਮੋਟੇ ਟਰਾਫੀ ਜਿੰਨੇ ਵੀ ਸ਼ੁਰੂ ਕਰਤੀਆਂ ਸੀ ਇਸ ਫੋਟੋ ਨੂੰ ਇਸ ਕਰਕੇ ਵੀ ਜ਼ਰੂਰੀ ਮੰਨਿਆ ਜਾਂਦਾ ਕਿ ਮੈਸੀ ਦੇ ਸੱਜੇ ਸੱਜੀ ਲੱਤ ਤੇ ਗੋਡੇ ਦੇ ਹੇਠਾਂ ਸੱਟ ਜਿਹੜੀ ਵੱਜੀ ਹੋਈ ਹੈ ਤਾਂ ਚੰਗੇ ਜਿਹੜੇ ਖੇਡ ਐਨਾਲਿਸਟ ਨੇ ਜਿਹੜੇ ਕੁਝ ਖੇਡ ਵਿਸ਼ਲੇਸ਼ਕ ਨੇ ਉਹ ਇਹ ਕਹਿੰਦੇ ਨੇ ਕਿ ਮੈਸੀ ਉਦੋਂ 4 ਜਾਂ 5 ਸਾਲ ਦਾ ਸੀ ਜਦੋਂ ਉਹਨੇ ਖੇਡ ਦੇ ਲਈ ਖੂਨ ਪਸੀਨਾ ਵਹਾਉਣਾ ਸ਼ੁਰੂ ਕਰਤਾ ਸੀ ਤਾਂ ਇਹ ਫੋਟੋ ਉਸ ਖੂਨ ਪਸੀਨੇ ਵਹਾਉਣ ਦੀ ਗਵਾਹੀ ਆ ਇਸ ਤੋਂ ਬਾਅਦ ਦਾ ਸਮਾਂ ਹੁੰਦਾ ਮੈਸੀ 6 ਸਾਲ ਦਾ ਹੁੰਦਾ ਜਿਹੜਾ ਉੱਥੇ ਲੋਕਲ ਨਿਊ ਵੈਲ ਦਾ ਕਲੱਬ ਸੀਗਾ ਰੋਜ਼ਾਰੀਓ ਦਾ ਰੋਜ਼ਾਰੀਓ ਸ਼ਹਿਰ ਦਾ ਇੱਕ ਕਲੱਬ ਸੀਗਾ ਨਿਊ ਵੈਲ 올ਡ ਬॉयਜ਼ ਮੈਸੀ ਨੂੰ ਅਧਿਕਾਰਤ ਤੌਰ ਤੇ ਉਸ ਕਲੱਬ ਦਾ ਮੈਂਬਰ ਬਣਾ ਲਿਆ ਜਾਂਦਾ ਆ 6 ਸਾਲ ਦਾ ਹੋ ਕੇ ਜਦੋਂ ਮੈਸੀ ਉਸ ਕਲੱਬ ਦਾ ਮੈਂਬਰ ਬਣਦਾ ਤੁਸੀਂ ਆ ਗੋਲ ਘੇਰੇ ਦੇ ਵਿੱਚ ਦੇਖ ਵੀ ਸਕਦੇ ਹੋ ਕਿ ਮੈਸੀ ਦੀ ਫੋਟੋ ਦੇ ਉੱਤੇ ਘੇਰਾ ਪਾਇਆ ਹੋਇਆ ਹੈਗਾ ਜਦੋਂ ਮੈਸੀ ਉਸ ਕਲੱਬ ਦਾ ਮੈਂਬਰ ਬਣਦਾ ਉਦੋਂ ਵੀ ਦਾਦੀ ਦੀ ਪੂਰੀ ਸਪੋਰਟ ਰਹਿੰਦੀ ਹੈ ਦਾਦੀ ਦਾ ਪੂਰਾ ਸਾਥ ਰਹਿੰਦਾ ਹੈ ਬਾਕੀ ਪਰਿਵਾਰ ਦਾ ਪੂਰਾ ਸਾਥ ਰਹਿੰਦਾ ਮੈਸੀ ਖੇਡਣਾ ਸ਼ੁਰੂ ਕਰਦਾ ਪਰ ਇਹ ਜਿਹੜਾ ਖੇਡਣਾ ਕਲੱਬ ਵੱਲੋਂ ਸ਼ੁਰੂ ਕੀਤਾ ਸੀ ਇਹ ਜ਼ਿਆਦਾ ਲੰਬਾ ਸਮਾਂ ਨਹੀਂ ਚੱਲਿਆ ਜਦੋਂ 11 ਸਾਲ ਦਾ ਹੁੰਦਾ ਦਾਦੀ ਦੀ ਮੌਤ ਹੋ ਜਾਂਦੀ ਹੈ ਦਾਦੀ ਨਾਲ ਮੈਸੀ ਦਾ ਵਿਛੋੜਾ ਹੋ ਜਾਂਦਾ ਹੈ ਉਦੇ ਪਰਿਵਾਰ ਦੇ ਮੈਂਬਰ ਉਸਦੇ ਬਚਪਨ ਦੇ ਦੋਸਤ ਉਸ ਕਲੱਬ ਦਾ ਕੋਚ ਦੱਸਦੇ ਐ ਕਿ ਦਾਦੀ ਨੂੰ ਮੌਤ ਮਤਲਬ ਮੈਸੀ ਨੂੰ ਦਾਦੀ ਦੀ ਮੌਤ ਦਾ ਇੱਕ ਸਦਮਾ ਲੱਗਿਆ ਸੀਗਾ ਉਸਨੇ ਕਾਫੀ ਸਮਾਂ ਖੇਡਣਾ ਬੰਦ ਕੀਤਾ ਕਾਫੀ ਸਮਾਂ ਚੰਗੀ ਤਰ੍ਹਾਂ ਖੇਡ ਨਹੀਂ ਸਕਿਆ ਮੈਸੀ ਨੂੰ ਚਾਹਣ ਵਾਲੇ ਦੱਸਦੇ ਐ ਮੈਸੀ ਨੂੰ ਬਚਪਨ ਤੋਂ ਜਾਣਨ ਵਾਲੇ ਦੱਸਦੇ ਐ ਕਿ ਸਭ ਕੁਝ ਛੱਡ ਕੇ ਮੈਸੀ ਇੱਕ ਖੁੱਲੇ ਮੈਦਾਨ 'ਚ ਬੈਠ ਕੇ ਬਸ ਅਸਮਾਨ ਵੱਲ ਤੱਕਣ ਲੱਗ ਜਾਂਦਾ ਹੁੰਦਾ ਸੀਗਾ ਉਸ ਨੂੰ ਇੰਨੀ ਕ ਸਮਝ ਸੀ ਕਿ ਮਰਨ ਤੋਂ ਬਾਅਦ ਬੰਦੇ ਕਿੱਥੇ ਜਾਂਦੇ ਨੇ ਤਾਂ ਮੈਸੀ ਦਾ ਦਾਦੀ ਨਾਲ ਜਿਹੜਾ ਮੋਹ ਸੀਗਾ ਮੈਸੀ 11 ਸਾਲ ਦਾ ਹੋ ਗਿਆ ਪਿਛਲੇ 7 ਸਾਲਾਂ ਤੋਂ ਫੁੱਟਬਾਲ ਖੇਡ ਰਿਹਾ ਸੀਗਾ ਤਾਂ ਫੁੱਟਬਾਲ ਨਾਲ ਇਸ਼ਕ ਪੈਦਾ ਕਰਨ ਵਾਲੀ ਫੁੱਟਬਾਲ ਖਡਾਉਣ ਵਾਲੀ ਫੁੱਟਬਾਲ ਦੀ ਜਰਸੀ ਲੈ ਕੇ ਦੇਣ ਵਾਲੀ ਫੁੱਟਬਾਲ ਵਾਲੇ ਬੂਟ ਕਸਣ ਵਾਲੀ ਜਿਹੜੀ ਉਹਦੀ ਦਾਦੀ ਸੀ ਉਹ ਤੋਂ ਦੂਰ ਹੋ ਗਈ ਸੀ ਤਾਂ ਉਸ ਵਿਛੋੜੇ ਦੇ ਵਿੱਚ ਉਹਦਾ ਸਮਾਂ ਲੰਘ ਰਿਹਾ ਸੀਗਾ ਦੁਬਾਰਾ ਜਦੋਂ ਮੈਸੀ ਨੇ ਖੇਡਣਾ ਸ਼ੁਰੂ ਕੀਤਾ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਮੈਸੀ ਨੇ ਪਹਿਲੀ ਵਾਰ ਇਸ ਤਰ੍ਹਾਂ ਗੋਲ ਕਰਨ ਦਾ ਜਸ਼ਨ ਮਨਾਇਆ ਸੀਗਾ ਜਿਹੜਿਆ ਤੁਸੀਂ ਸ਼ੁਰੂ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਜਿਹੜਾ ਤੁਸੀਂ ਅੱਜ ਮੈਸੀ ਨੂੰ ਖੇਡਦੇ ਆ ਗੋਲ ਕਰਨ ਤੋਂ ਬਾਅਦ ਜਸ਼ਨ ਮਨਾਉਂਦੇ ਆ ਦੇਖਦੇ ਹੋ ਅਸਮਾਨ ਵੱਲ ਦੋਨੇ ਹੱਥ ਕਰਕੇ ਉੱਪਰ ਝਾਕਣਾ ਉਹ ਕਿਹਾ ਜਾਂਦਾ ਹੈ ਕਿ ਮੈਸੀ ਨੇ ਆਪਣੀ ਦਾਦੀ ਨੂੰ ਯਾਦ ਕਰਦੇ ਹਰ ਗੋਲ ਦਾ ਜਸ਼ਨ ਮਨਾਇਆਗਾ ਆਪਣਾ ਹਰ ਇੱਕ ਗੋਲ ਆਪਣੀ ਦਾਦੀ ਨੂੰ ਡੈਡੀਕੇਟ ਕੀਤਾ ਹੈਗਾ ਤਾਂ ਇਹ ਇਹ ਸ਼ੁਰੂਆਤ ਸੀ ਮੈਸੀ ਦੀ ਕਿ 11 ਸਾਲ ਦਾ ਹੋ ਗਿਆ ਲੋਕਲ ਕਲੱਬ ਸੀ ਰੋਜ਼ਾਰੀਓ ਦਾ ਜਿਹਦੇ ਵੱਲੋਂ ਉਹ ਅਧਿਕਾਰਤ ਤੌਰ ਤੇ ਟੀਮ ਦਾ ਮੈਂਬਰ ਬਣਿਆ ਇਸ ਤੋਂ ਬਾਅਦ ਕੁਝ ਹੀ ਸਮੇਂ ਬਾਅਦ ਦਾਦੀ ਦੀ ਮੌਤ ਤੋਂ ਜ਼ਿਆਦਾ ਸਮਾਂ ਨਹੀਂ ਸੀ ਲੰਘਿਆ ਸਾਲ ਡੇਢ ਦੇ ਸਮੇਂ ਦੇ ਬਾਅਦ ਮੈਸੀ ਨੂੰ ਇੱਕ ਬਿਮਾਰੀ ਨੇ ਆ ਕੇ ਘੇਰ ਲਿਆ ਸੀਗਾ ਮੈਸੀ ਦੇ ਖੇਡ ਜੀਵਨ ਦਾ ਇੱਕ ਬਹੁਤ ਹੀ ਵੱਡਾ ਮੌਕਾ ਸੀਗਾ ਇਹ ਜਦੋਂ ਮੈਸੀ ਆਪਣੇ ਬਚਪਨ ਦੇ ਵਿੱਚ ਹੀ ਹੈ 13 ਸਾਲ ਦੇ ਕਰੀਬ ਉਹਦੀ ਉਮਰ ਹੈ ਮੈਸੀ ਨੂੰ ਗਰੋਥ ਹਾਰਮੋਨ ਡੈਫੀਸ਼ੀਐਂਸੀ ਨੇ ਆ ਕੇ ਘੇਰ ਲਿਆ ਸੀ ਕਿ ਉਹਦੇ ਜਿਹੜੇ ਗਰੋ ਮਤਲਬ ਹਾਰਮੋਨਸ ਦੀ ਗਰੋਥ ਹੋਣੀ ਹੁੰਦੀ ਹੈ ਉਹ ਹਾਰਮੋਨਸ ਦੀ ਗਰੋਥ ਰੁਕ ਗਈ ਉਦੇ ਕੋਚ ਨੇ ਫੋਟੋ ਸਾਂਝੀ ਕੀਤੀ ਸੀ ਕਿ ਮੈਸੀ ਆਪਣੇ ਹਾਨ ਦੇ ਜਵਾਕਾਂ ਨਾਲ ਖੇਡਦੇ ਆ ਬਾਕੀਆਂ ਨਾਲ ਉਹ ਛੋਟਾ ਲੱਗਣ ਲੱਗ ਗਿਆ ਉਸ ਦਾ ਕੱਦ ਛੋਟਾ ਸੀ ਉਹ ਬਾਕੀਆਂ ਨਾਲ ਕਮਜ਼ੋਰ ਲੱਗਣ ਲੱਗ ਗਿਆ ਉਸ ਦੀਆਂ ਲੱਤਾਂ ਦਾ ਉਸ ਦੀਆਂ ਲੱਤਾਂ ਛੋਟੀਆਂ ਉਸ ਦੀਆਂ ਬਾਹਾਂ ਛੋਟੀਆਂ ਸੀਗੀਆਂ ਤਾਂ ਮੈਸੀ ਦੀ ਹਾਰਮੋਨਸ ਦੀ ਗ੍ਰੋਥ ਰੁਕਣ ਕਰਕੇ ਉਸ ਦੀ ਖੇਡ ਤੇ ਪ੍ਰਭਾਵ ਪ੍ਰਭਾਵ ਪਿਆ ਇਹ ਉਹ ਸਮਾਂ 1980ਵਿਆਂ ਦੇ ਵਿੱਚ ਮੈਸੀ ਜੰਮਦਾ ਹੈ 1990ਵਿਆਂ ਦੇ ਵਿੱਚ ਮੈਸੀ ਖੇਡਦਾ ਹੈ ਇਹ ਉਹ ਸਮਾਂ ਜਦੋਂ ਅਰਜنٹੀਨਾ ਦੇ ਵਿੱਚ ਭੁੱਖਮਰੀ ਫੈਲੀ ਹੋਈ ਸੀ 인ਫਲੇਸ਼ਨ ਬਹੁਤ ਫੈਲੀ ਹੋਈ ਸੀ ਅਰਜنٹੀਨਾ ਦੇ ਵਿੱਚ ਆਏ ਰੋਜ਼ ਦੰਗੇ ਹੁੰਦੇ ਸੀਗੇ ਇਹਨਾਂ ਦੰਗਿਆਂ ਦਾ ਅਰਜنٹੀਨਾ ਦੀ ਆਰਥਿਕਤਾ ਤੇ ਬੁਰਾ ਪ੍ਰਭਾਵ ਪਿਆ ਸੀਗਾ ਅਰਜنٹੀਨਾ ਦੇ ਵਿੱਚ ਰਹਿਣ ਵਾਲੇ ਆਮ ਲੋਕਾਂ ਤੇ ਬਹੁਤ ਬੁਰਾ ਪ੍ਰਭਾਵ ਪਿਆ ਸੀ ਪਰਿਵਾਰਾਂ ਤੇ ਪ੍ਰਭਾਵ ਪਿਆ ਸੀ ਤਾਂ ਇਸ ਪ੍ਰਭਾਵ ਦੇ ਵਿੱਚ ਜਿਉਂਦੇ ਆ ਮੈਸੀ ਦਾ ਪਿਓ ਇਨੀ ਸਮਰੱਥਾ ਨਹੀਂ ਸੀ ਰੱਖਦਾ ਕਿ ਉਹ ਆਪਣੇ ਮੁੰਡੇ ਦਾ ਇਲਾਜ ਕਰਾ ਸਕੇ ਪਰ ਲੋਕ ਇਹ ਕਹਿੰਦੇ ਨੇ ਸਮਾਂ ਇਹ ਗਵਾਹੀ ਭਰਦਾ ਕਿ ਮੈਸੀ ਦੇ ਪਿਓ ਨੇ ਆਪਣਾ ਕੁਛ ਛੱਡਿਆ ਵੀ ਨਹੀਂ ਸੀ ਜੋ ਮੈਸੀ ਤੋਂ ਵਾਰਿਆ ਨਾ ਹੋਵੇ ਮੈਸੀ ਦੀ ਦਾਦੀ ਮੈਸੀ ਦੇ ਪਿਓ ਮੈਸੀ ਦੇ ਮਾਪੇ ਮੈਸੀ ਦਾ ਪੂਰਾ ਪਰਿਵਾਰ ਉਹ ਮੈਸੀ ਲਈ ਸਭ ਕੁਝ ਵਾਰਨ ਤੱਕ ਗਿਆ ਤੇ ਮੈਸੀ ਨੂੰ ਮੈਸੀ ਬਣਾਉਣ ਦੇ ਵਿੱਚ ਉਹਨਾਂ ਨੇ ਆਪ ਦਾ ਯੋਗਦਾਨ ਪਾਇਆਗਾ ਇਹ ਸਮਾਂ ਸੀਗਾ ਜਦੋਂ ਮੈਸੀ ਇਸ ਬਿਮਾਰੀ ਤੋਂ ਪੀੜਿਤ ਹੋਇਆ ਇਸ ਦੇ ਇਲਾਜ ਦੇ ਲਈ ਮੈਸੀ ਦੇ ਪਿਓ ਦੀ ਆਪਣੀ ਕੋਈ ਸਮਰੱਥਾ ਨਹੀਂ ਸੀ ਹੈਗੀ ਮੈਸੀ ਦੇ ਦਾਦਕੇ ਪਰਿਵਾਰ ਦੇ ਵਿੱਚੋਂ ਦਾਦਿਆਂ ਦਾ ਪਛੋਕੜ ਮੈਸੀ ਦੇ ਨਾਨਕੇ ਪਰਿਵਾਰ ਦੇ ਵਿੱਚੋਂ ਨਾਨਕਿਆਂ ਮਤਲਬ ਨਾਨੇ ਨਾਨੀਆਂ ਦਾ ਜਿਹੜਾ ਪਛੋਕੜ ਸੀਗਾ ਉਹ ਇਟਲੀ ਤੇ ਸਪੇਨ ਦੇ ਵਿੱਚ ਵੱਜਦਾ ਸੀਗਾ ਤਾਂ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਸਪੇਨ ਦੇ ਵਿੱਚ ਬੈਠਾ ਸੀ ਜਿਨ੍ਹਾਂ ਨੇ ਮੈਸੀ ਦੇ ਇਲਾਜ ਦੇ ਲਈ ਸਪੇਨ ਦੇ ਇੱਕ ਲੋਕਲ ਕਲੱਬ ਸਪੇਨ ਦਾ ਕਲੱਬ ਕੈਟਲੋਨੀਆ ਵਾਲੇ ਇਲਾਕੇ ਦੇ ਵਿੱਚ ਬਾਰਸੀਲੋਨਾ ਪੈਂਦਾ ਹੈ ਬਾਰਸੀਲੋਨਾ ਦੇ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਉਹ ਅਧਿਕਾਰੀ ਨੂੰ ਮਨਾਇਆ ਉਸ ਅਧਿਕਾਰੀ ਨੇ ਆਪਣੇ ਕਲੱਬ ਦੇ ਬਾਕੀ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਮੈਸੀ ਦੇ ਇਲਾਜ ਦਾ ਖਰਚਾ ਚੱਕਿਆ ਤਾਂ ਇੱਥੋਂ ਸ਼ੁਰੂਆਤ ਹੁੰਦੀ ਹੈ ਜਦੋਂ ਮੈਸੀ ਨੇ ਅਰਜنٹინა ਛੱਡ ਕੇ ਸਪੇਨ ਦੇ ਵਿੱਚ ਆ ਕੇ ਵਸਣਾ ਹੈਗਾ ਇਹ ਉਸ ਸਮੇਂ ਹੈਗਾ ਜਦੋਂ ਮੈਸੀ ਦੇ ਪੂਰੇ ਖੇਡ ਜੀਵਨ ਦੇ ਵਿੱਚ ਇੱਕ ਵੱਡਾ ਉਲਟਫੇਰ ਹੋਣ ਲੱਗਿਆ ਉਸ ਨੂੰ ਇੱਕ ਉਡਾਰੀ ਮਿਲਣ ਲੱਗੀ ਹੈ ਤਾਂ ਉਹ ਅਰਜنٹინა ਤੋਂ ਉੱਡ ਕੇ ਪਰਿਵਾਰ ਸਮੇਤ ਸਪੇਨ ਦੇ ਵਿੱਚ ਆ ਕੇ ਵੱਸਦਾ ਜਿੱਥੇ ਬਾਰਸੀਲੋਨਾ ਦੇ ਨਾਲ ਉਸਨੇ ਖੇਡਣਾ ਸ਼ੁਰੂ ਕੀਤਾ ਬਾਰਸੀਲੋਨਾ ਦਾ ਜਿਹੜਾ ਬੱਚੇ ਵਾਲਾ ਕਲੱਬ ਸੀ ਲਾ ਮਾਸਿਆ ਉਹਦੇ ਨਾਲ ਉਹਨੇ ਖੇਡਣਾ ਸ਼ੁਰੂ ਕੀਤਾ ਬਾਰਸੀਲੋਨਾ ਨੇ ਉਹਦੇ ਇਲਾਜ ਦਾ ਖਰਚਾ ਚੱਕਿਆ ਉਸ ਤੋਂ ਅੱਗੇ ਵਧਦੇ ਹੋਏ ਬਾਰਸੀਲੋਨਾ ਦੀ ਯੂਥ ਅਕੈਡਮੀ ਲਾ ਮਾਸਿਆ ਜਿਹਦੇ ਵੱਲੋਂ ਬਾਰਸੀ ਮੈਸੀ ਨੇ 2001-02 ਦੇ ਸਮੇਂ ਦੇ ਵਿੱਚ ਜਦੋਂ 14 ਤੋਂ 15 ਸਾਲ ਦੀ ਉਮਰ ਸੀ ਉਦੋਂ ਮੈਸੇ ਨੇ ਖੇਡਣਾ ਸ਼ੁਰੂ ਕੀਤਾ ਇਸ ਤੋਂ ਬਾਅਦ 16 ਅਕਤੂਬਰ 2004 ਦੀ ਉਹ ਇਤਿਹਾਸਕ ਘੜੀ ਉਹ ਇਤਿਹਾਸਕ ਦਿਨ ਜਦੋਂ ਬਾਰਸੀਲੋਨਾ ਵੱਲੋਂ ਹੁਣ ਤੱਕ ਮੈਸੇ ਸਿਰਫ ਲਾਮਾਜ਼ੀਆ ਵੱਲੋਂ ਖੇਡ ਰਿਹਾ ਸੀਗਾ ਜੋ ਬਾਰਸੀਲੋਨਾ ਦੇ ਬੱਚਿਆਂ ਦਾ ਕਲੱਬ ਸੀਗਾ ਬਾਰਸੀਲੋਨਾ ਜਿਹੜਾ ਐਫਸੀ ਆ ਬਾਰਸੀਲੋਨਾ ਫੁੱਟਬਾਲ ਕਲੱਬ ਹੈ ਜਿਹੜਾ ਆਫੀਸ਼ੀਅਲ ਅਧਿਕਾਰਤ ਕਲੱਬ ਹੈ ਉਹਦੇ ਵੱਲੋਂ ਮੈਸੇ ਨੇ ਸਭ ਤੋਂ ਪਹਿਲੀ ਵਾਰ 16 ਅਕਤੂਬਰ 2004 ਨੂੰ ਆਪਣਾ ਡੈਬਿਊ ਕੀਤਾ ਮੈਦਾਨ ਦੇ ਵਿੱਚ ਪਹਿਲੀ ਵਾਰ ਪੈਰ ਪਾਏ ਚੱਲਦੇ ਮੈਚ ਦੇ ਵਿੱਚ ਬਸ ਆਖਰੀ 70 ਮਿੰਟਾਂ ਦੇ ਵਿੱਚ ਐਜ਼ ਅ ਸਬਸਟੀਟਿਊਟ ਸਬਸਟੀਟਿਊਟ ਦੇ ਬਤੌਰ ਡੈਕੋ ਨੇ ਉਸ ਮੈਚ ਦੇ ਵਿੱਚ ਗੋਲ ਕੀਤਾ ਸੀਗਾ 1-0 ਦੀ ਲੀਡ ਸੀ ਆਖਰੀ 7 ਮਿੰਟਾਂ ਦੇ ਵਿੱਚ ਡੈਕੋ ਨੂੰ ਸਬਸਟੀਟਿਊਟ ਕਰਕੇ ਮੈਸੀ ਨੂੰ ਅੰਦਰ ਵੜਾਇਆ ਗਿਆ ਸੀ ਤਾਂ ਉਹ 7 ਮਿੰਟ ਮੈਸੀ ਦੇ ਖੇਡ ਜੀਵਨ ਦੇ ਅੰਤਰਰਾਸ਼ਟਰੀ ਖੇਡ ਜੀਵਨ ਦੇ ਕਲੱਬ ਵੱਲੋਂ ਖੇਡਦਿਆ ਪਹਿਲੇ 7 ਮਿੰਟ ਸੀਗੇ ਤਾਂ 2004 ਦੇ ਵਿੱਚ ਜਦੋਂ ਉਹਦੀ ਉਮਰ ਸਿਰਫ 17 ਸਾਲ ਦੀ ਸੀ ਉਦੋਂ ਉਹਨੇ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਇਸ ਦੇ ਨਾਲ ਹੀ 2004-05 ਦੇ ਸਮੇਂ ਦੇ ਵਿੱਚ ਅਰਜنٹੀਨਾ ਵੱਲੋਂ ਵੀ ਮੈਸੀ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕਰਦਾ ਤੇ ਖੇਡ ਜੀਵਨ ਦੀ ਸ਼ੁਰੂਆਤ ਇੱਕ ਰਿਕਾਰਡ ਪੈਦਾ ਕਰਨ ਤੋਂ ਕਰਦਾ ਹੈ ਕਿ ਬਹੁਤ ਨਿੱਕੀ ਉਮਰ ਦਾ ਖਿਡਾਰੀ ਜਿਹੜਾ ਇੱਕ ਕਲੱਬ ਵੱਲੋਂ ਜਿਹੜਾ ਅੰਤਰਰਾਸ਼ਟਰੀ ਜੀਵਨ ਦੇ ਵਿੱਚ ਆਪਣੀ ਖੇਡ ਦੀ ਸ਼ੁਰੂਆਤ ਕਰ ਰਿਹਾ ਹੈ ਐਸੇ ਕੁਝ ਰਿਕਾਰਡਾਂ ਦੇ ਨਾਲ ਉਹ ਖੇਡ ਜੀਵਨ ਦੀ ਸ਼ੁਰੂਆਤ ਕਰਦਾ ਹੈ ਤੇ ਨਾਲ ਹੀ ਨਾਲ ਅਗਲੇ ਸਾਲ 2005 ਦੇ ਵਿੱਚ ਉਹ ਜਿਹੜੀ ਵਰਲਡ ਯੂਥ ਚੈਂਪੀਅਨਸ਼ਿਪ ਹੁੰਦੀ ਹੈ ਉਹਦੇ ਵਿੱਚ ਅਰਜنٹੀਨਾ ਵੱਲੋਂ ਖੇਡਦੇ ਆ 골ਡਨ ਬਾਲ ਜਿੱਤਦਾ ਸਭ ਤੋਂ ਜਿਹੜਾ ਸਰਵੋਤਮ ਖਿਡਾਰੀ ਹੁੰਦਾ ਸਭ ਤੋਂ ਸਰਵੋੱਚ ਖਿਡਾਰੀ ਹੁੰਦਾ 골ਡਨ ਸ਼ੂ ਜਿੱਤਦਾ ਹੈ ਕਿ ਸਭ ਤੋਂ ਵੱਧ ਗੋਲ ਕਰਨ ਵਾਲਾ ਤੇ 올림픽 골ਡ ਮੈਡਲ ਵੀ ਉਸ ਸਾਲ ਅਰਜنٹੀਨਾ ਦੀ ਝੋਲੀ ਪੈਂਦਾ ਤਾਂ ਮੈਸੀ ਇਸ ਸਭ ਦੇ ਵਿੱਚ ਅਰਜنٹੀਨਾ ਦੀ ਟੀਮ ਦਾ ਹਿੱਸਾ ਵੀ ਹੈ ਕਲੱਬ ਵੱਲੋਂ ਬਾਰਸੀਲੋਨਾ ਨਾਲ ਖੇਡਦੇ ਆ ਕਾਫੀ ਰਿਕਾਰਡ ਪੈਦਾ ਕਰਦਾ ਹੈ ਇਹ ਸਮਾਂ ਹੈਗਾ ਜਦੋਂ ਅੱਗੇ ਜਾ ਕੇ ਮੈਸੀ 2012-13 ਦੇ ਸੀਜ਼ਨ ਦੇ ਵਿੱਚ ਇੱਕ ਪੂਰੇ ਸੀਜ਼ਨ ਚ ਕਲੱਬ ਜਾਂ ਮੁਲਕ ਵੱਲੋਂ ਖੇਡਦਿਆਂ ਪੂਰੇ ਸੀਜ਼ਨ ਦੇ ਵਿੱਚ ਵਿਸ਼ਵ ਦੇ ਰਿਕਾਰਡ ਨੂੰ ਤੋੜਦਾ ਹੈ 85 ਗੋਲਾਂ ਦਾ ਰਿਕਾਰਡ ਮੇਰੇ ਖਿਆਲ ਚ ਮਿਊਲਰ ਦਾ ਸੀਗਾ ਜਰਮਨੀ ਦਾ ਖਿਡਾਰੀ ਸੀ ਕੁਝ 30-40 ਸਾਲ ਪਹਿਲਾਂ ਉਸ ਦੇ ਰਿਕਾਰਡ ਨੂੰ ਤੋੜ ਕੇ ਕੁੱਲ 99 ਗੋਲ ਮਾਰੇ ਜਾਂਦੇ ਨੇ 69 ਗੇਮਾਂ ਦੇ ਵਿੱਚ 99 ਗੋਲਾਂ ਤੋਂ ਬਿਨਾ 40 ਦੇ ਕਰੀਬ ਅਸਿਸਟ ਸੀਗੇ ਮੈਸੀ ਦੇ ਤਾਂ ਇਹ 2012-13 ਦੇ ਵਿੱਚ ਇੱਕ ਪੂਰੇ ਸੀਜ਼ਨ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਮੈਸੀ ਦੇ ਨਾਮ ਹੁੰਦਾ ਹੈ ਇਹ ਰਿਕਾਰਡ ਅੱਜ ਤੱਕ ਕਾਇਮ ਹੈ ਕਿਸੇ ਵੱਲੋਂ ਨਹੀਂ ਤੋੜਿਆ ਗਿਆ ਹਾਸੋ ਹੀ ਨਹੀਂ ਗੱਲ ਇਹ ਹੈ ਕਿ ਉਸ ਸੀਜ਼ਨ ਦੇ ਵਿੱਚ ਜਦੋਂ ਮੈਸੀ ਦੇ 91 ਗੋਲ ਇਕੱਲੇ ਦੇ ਸੀ ਉਸ ਸੀਜ਼ਨ ਦੇ ਵਿੱਚ ਵੱਡੇ ਵੱਡੇ ਕਲੱਬਾਂ ਦੇ ਗੋਲ ਜਿਹਦੇ ਵਿੱਚ ਕਈ ਖਿਡਾਰੀ ਹੀ ਗੋਲ ਕਰ ਸਕਦੇ ਨੇ ਉਹਨਾਂ ਪੂਰੇ ਦੇ ਪੂਰੇ ਕਲੱਬਾਂ ਦੇ ਪੂਰੇ ਸੀਜ਼ਨ ਦੇ ਗੋਲ 60 ਜਾਂ 70 ਦੇ ਕਰੀਬ ਸੀ ਤੇ ਜਦੋਂ ਮੈਸੀ ਇਕੱਲਾ 91 ਗੋਲ ਕਰਕੇ ਅੱਜ ਤੱਕ ਉਹ ਰਿਕਾਰਡ ਆਪਣੇ ਨਾਮ ਰੱਖੀ ਬੈਠਾ ਹੈਗਾ ਐਸੇ ਮਤਲਬ ਮੈਸੀ ਦੇ ਰਿਕਾਰਡ ਇੱਥੇ ਤੱਕ ਨਹੀਂ ਰੁਕੇ ਮੈਸੀ ਅਰਜنٹੀਨਾ ਵੱਲੋਂ ਖੇਡਦੇ ਆ ਮੈਸੀ ਬਾਰਸੀਲੋਨਾ ਵੱਲੋਂ ਖੇਡਦੇ ਆ ਲਗਾਤਾਰ ਲੀਗਾਂ ਜਿੱਤ ਰਿਹਾ ਹੈ ਲਗਾਤਾਰ ਕੋਈ ਨਾ ਕੋਈ ਟਰੋਫੀ ਜਿੱਤ ਰਿਹਾ ਹੈ ਨਿੱਜੀ ਤੌਰ ਤੇ ਆਪਣੇ ਨਾਮ ਕਾਫੀ ਅਵਾਰਡ ਕਰ ਰਿਹਾ ਹੈਗਾ ਇਹ ਕੁਝ ਅਵਾਡਾਂ ਦੀ ਸੰਖਿਆ ਹੈਗੀ ਮਤਲਬ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਿਨਾ ਕਾਫੀ ਵਾਰਡ ਨੇ ਜਿਹੜੇ ਮੈਂ ਲਿਖੇ ਨਹੀਂ ਸ਼ਾਮਲ ਨਹੀਂ ਕੀਤੇ ਚੈਂਪੀਅਨਜ਼ ਲੀਗ ਆਪਾਂ 2004 ਦੇ ਵਿੱਚ ਮੈਸੀ ਨੂੰ ਬਾਰਸੀਲੋਨਾ ਵੱਲੋਂ ਖੇਡ ਦੀ ਸ਼ੁਰੂਆਤ ਕਰਦੇ ਦੇਖਿਆ ਤਾਂ ਉਸ 2004-5 ਦੇ ਸੀਜ਼ਨ ਦੇ ਵਿੱਚ ਹੀ ਬਾਰਸੀਲੋਨਾ ਵੱਲੋਂ ਲੀਗ ਜਿੱਤੀ ਜਾਂਦੀ ਹੈ ਲਾਲ ਲੀਗਾ ਜਿੱਤੀ ਜਾਂਦੀ ਹੈ ਫਿਰ ਅਗਲੇ ਸੀਜ਼ਨ 'ਚ 5-6 'ਚ ਜਿੱਤੀ ਜਾਂਦੀ ਹੈ 5-6 ਦੇ ਵਿੱਚ ਲਾਲ ਲੀਗਾ ਦੇ ਨਾਲ ਚੈਂਪੀਅਨਜ਼ ਲੀਗ ਵੀ ਜਿੱਤੀ ਜਾਂਦੀ ਹੈ ਲਗਾਤਾਰ ਲਾਲ ਲੀਗ ਲਾਲ ਲੀਗਾ ਜਿੱਤਿਆ ਜਾਂਦਾ ਹੈਗਾ ਚੈਂਪੀਅਨਜ਼ ਲੀਗ 4 ਵਾਰ ਜਿੱਤੀ ਗਈ ਹੈ ਇਸ ਤੋਂ ਬਿਨਾ ਕਲੱਬ ਦਾ ਵਰਲਡ ਕੱਪ ਜਿਹੜਾ ਹੁੰਦਾ ਉਹ ਤਿੰਨ ਵਾਰ ਮੈਸੀ ਨੇ ਬਾਰਸੀਲੋਨਾ ਵੱਲੋਂ ਜਿੱਤਿਆ ਕੋਪਾ ਡੇਲਰੇ ਦੀ ਟਰੋਫੀ ਜਿਹੜਾ ਸਪੇਨ ਦੀ ਇੱਕ ਬਹੁਤ ਕਮਾਲ ਦੀ ਲੀਗ ਮੰਨੀ ਜਾਂਦੀ ਹੈ ਉਹ ਚਾਰ-ਪੰਜ ਵਾਰ ਮੇਰੇ ਖਿਆਲ ਚ 7 ਵਾਰ ਜਿੱਤਿਆ ਗਿਆ ਇਹ ਬਾਰਸੀਲੋਨਾ ਵੱਲੋਂ ਖੇਡਦੇ ਆ ਇਸ ਦੇ ਨਾਲ ਅਰਜנטיਨਾ ਵੱਲੋਂ ਖੇਡਦੇ ਆ ਇਸ ਇਨ੍ਹਾਂ ਤੱਥਾਂ ਦੇ ਵਿੱਚ ਹੁਣ ਦੇ ਵਿਸ਼ਵ ਕੱਪ ਦਾ ਤੱਥ ਸ਼ਾਮਲ ਨਹੀਂ ਹੋਏਗਾ ਉਹਨੂੰ ਆਪਾਂ ਲੱਗ ਤੋਂ ਸ਼ਾਮਲ ਕਰਦੇ ਹਾਂਗੇ ਅਰਜנטיਨਾ ਵੱਲੋਂ ਖੇਡਦੇ ਆ ਕੋਪਾ ਅਮਰੀਕਾ ਮੈਂ ਦੱਸਿਆ ਸੀਗਾ ਕਿ ਪਿਛਲੇ ਸਾਲ ਹੀ ਬ੍ਰਾਜ਼ਿਲ ਨੂੰ ਹਰਾ ਕੇ ਜਿੱਤਿਆ ਗਿਆ ਅੰਡਰ 20 ਵਰਲਡ ਕੱਪ ਜਿੱਤੇ ਹੈ 베징 ਦੇ ਵਿੱਚ 올림픽 골드 메달 2008 ਦੇ ਵਿੱਚ ਜਿੱਤਲੇ ਸੀਗੇ ਇਹਦੇ ਵਿੱਚ 2014 ਦਾ ਵਿਸ਼ਵ ਕੱਪ ਹੈ ਜਿਹੜਾ ਉਹਦੇ ਫਾਈਨਲ ਤੱਕ ਮੈਸੀ ਦੀ ਟੀਮ ਅਰਜਨਟੀਨਾ ਦੀ ਟੀਮ ਪਹੁੰਚੀ ਸੀ ਜਿੱਥੇ ਫਾਈਨਲ ਦੇ ਵਿੱਚ ਜਰਮਨੀ ਕੋਲੋਂ 1-0 ਦੀ ਹਾਰ ਦੇਖਣੀ ਪਈ ਸੀ ਤਾਂ ਉਦੋਂ ਫਾਈਨਲ ਹਾਰੇ ਸੀ 2022 ਦੇ ਵਿੱਚ ਉਹ ਫਾਈਨਲ ਵੀ ਹਾਰਨ ਦੀ ਨੌਬਤ ਨਹੀਂ ਆਈ ਤੇ ਉਹ ਟਰੋਫੀ ਨੂੰ ਚੁੰਮਣ ਤੱਕ ਦੇ ਮਤਲਬ ਪਲਾਂ ਤੱਕ ਪਹੁੰਚੇ ਨੇਗੇ ਇਸ ਤੋਂ ਬਿਨਾ ਅਰਜਨਟੀਨਾ ਵੱਲੋਂ ਫਾਈਨਲਿਜ਼ਮ ਉਹ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿ ਲਾਤੀਨ ਅਮਰੀਕੀ ਮੁਲਕਾਂ ਦੇ ਵਿੱਚ ਜਿਹੜੀ ਲੀਗ ਹੁੰਦੀ ਹੈ ਉਹ ਕੋਪਾ ਅਮਰੀਕਾ ਹੁੰਦੀ ਹੈ ਜੋ ਕਿ ਪਿਛਲੇ ਸਾਲ ਹੀ 2021 ਚ ਜਿੱਤੀ ਗਈ ਹੈ ਇਸੇ ਤਰ੍ਹਾਂ ਯੂਰਪ ਦੇ ਮੁਲਕਾਂ ਦਾ ਯੂਰੋ ਕੱਪ ਹੁੰਦਾ ਹੈ ਤਾਂ ਫੀਫਾ ਵੱਲੋਂ ਇੱਕ ਮੈਚ ਅਨਾਉਂਸ ਕੀਤਾ ਗਿਆ ਜੋ ਕਿ ਹੁਣ ਹਰ ਸਾਲ ਹੋਇਆ ਕਰੇਗਾ ਹਰ ਵਾਰੀ ਹੋਇਆ ਕਰੇਗਾ ਕਿ ਜੋ ਕੋਪਾ ਅਮਰੀਕਾ ਜਿੱਤਦੀ ਹੈ ਤੇ ਜੋ ਟੀਮ ਯੂਰੋ ਕੱਪ ਜਿੱਤਦੀ ਹੈ ਉਹਨਾਂ ਦਾ ਵੀ ਆਪਸ ਦੇ ਵਿੱਚ ਦੋਨਾਂ ਚੈਂਪੀਅਨ ਟੀਮਾਂ ਦਾ ਆਪਸ ਚ ਮੈਚ ਹੋਊਗਾ ਤਾਂ ਇਧਰੋਂ ਯੂਰੋ ਕੱਪ ਇਟਲੀ ਨੇ ਜਿੱਤਿਆ ਸੀ ਉਧਰੋਂ ਕੋਪਾ ਅਮਰੀਕਾ ਅਰਜنٹੀਨਾ ਨੇ ਜਿੱਤਿਆ ਸੀ ਤਾਂ ਉਹਨਾਂ ਦੋਨਾਂ ਚੈਂਪੀਅਨ ਟੀਮਾਂ ਦਾ ਆਪਸ ਵਿੱਚ ਮੈਚ ਹੋਇਆ ਤਾਂ ਉਹਦੇ ਵਿੱਚ ਫਾਈਨਲ ਜਿੰਮਾ ਉਹ ਵੀ ਅਰਜنٹੀਨਾ ਦੀ ਝੋਲੀ ਹੁਣੇ ਪਿਆਗਾ ਕੁਝ ਮਹੀਨੇ ਪਹਿਲਾਂ ਇਸ ਤੋਂ ਬਿਨਾ ਇਹ ਕੁਝ ਅਵਾਰਡ ਨੇ ਇਸ ਤੋਂ ਬਿਨਾ ਬਾਰਸੀਲੋਨਾ ਤੋਂ ਬਾਅਦ ਜਦੋਂ ਬਾਰਸੀਲੋਨਾ ਨਾਲ ਕਰਾਰ ਤੋੜ ਕੇ ਲੀਗ ਦੇ ਵਿੱਚ ਫਰਾਂਸ ਦੀ ਲੀਗ ਦੇ ਵਿੱਚ ਮੈਸਿ ਨੇ ਖੇਡਣਾ ਸ਼ੁਰੂ ਕੀਤਾ ਪੀਐਸਜੀ ਵੱਲੋਂ ਤਾਂ ਪੀਐਸਜੀ ਦੇ ਵੱਲੋਂ ਪਹਿਲੇ ਸੀਜ਼ਨ ਦੇ ਵਿੱਚ ਹੀ ਉਹਨਾਂ ਨੇ ਆਪਣੀ ਲੀਗ ਟਰੋਫੀ ਜਿੱਤੀ ਹੈਗੀ ਉਹ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕੁਝ ਨਿੱਜੀ ਅਵਾਰਡ ਜਿਹੜੇ ਇੰਡੀਵਿਜੂਅਲ ਅਵਾਰਡਸ ਮੈਸੀ ਨੇ ਆਪਣੇ ਨਾਮ ਕਰਾਏ ਨੇ ਜਿਦੇ ਵਿੱਚੋਂ ਕੁਝ ਜਿਹੜੇ ਇੱਥੇ ਲਿਖੇ ਜਾ ਚੁੱਕੇ ਨੇਗੇ ਬੈਲਨ ਡੀਅਰ ਫੁੱਟਬਾਲ ਦਾ ਸਭ ਤੋਂ ਸਰਵੋੱਚ ਖਿਡਾਰੀ ਨੂੰ ਮਿਲਣ ਵਾਲਾ ਪੂਰੇ ਸਾਲ ਦੇ ਵਿੱਚ ਜਿਹੜਾ ਖਿਡਾਰੀ ਸਭ ਤੋਂ ਚੰਗੀ ਆਪਣੀ ਪਰਫਾਰਮੈਂਸ ਦਿੰਦਾ ਹੈਗਾ ਉਹਨੂੰ ਮਿਲਦਾ ਹੈਗਾ ਤਾਂ 2009 10 11 ਤੇ 12 ਦੇ ਵਿੱਚ ਲਗਾਤਾਰ 4 ਸਾਲ ਇਹ ਅਵਾਰਡ ਜਿੱਤਿਆ ਹੈਗਾ 2015 2019 ਤੇ ਹੁਣ ਪਿੱਛੇ 2021 ਦੇ ਵਿੱਚ ਪਿਛਲੇ ਸਾਲ ਨਵੰਬਰ ਦੇ ਆਖਰੀ ਮਹੀਨੇ ਦੇ ਵਿੱਚ ਅੱਜ ਤੋਂ 13 ਕੁ ਮਹੀਨੇ ਪਹਿਲਾਂ ਇਹ ਅਵਾਰਡ ਮੈਸੀ ਦੀ ਝੋਲੀ ਪਿਆਗਾ 2022 ਦੇ ਵਿੱਚ ਜਿਹੜਾ ਬੈਲੈਂਡੀਅਰ ਮਿਲਿਆ ਉਹ ਫਰਾਂਸ ਦੇ ਖਿਡਾਰੀ ਬੈਂਜ਼ਮਨ ਨੂੰ ਕਰੀਮ ਬੈਂਜ਼ਮਨ ਨੂੰ ਮਿਲਿਆ FIFA ਵਰਲਡ ਪਲੇਅਰ ਦਾ ਅਵਾਰਡ 2009 ਦੇ ਵਿੱਚ ਬੈਸਟ ਅਵਾਰਡ ਯੂਰੋਪੀਅਨ ਗੋਲਡਨ ਸ਼ੂ ਲਾਰਸ ਵਰਲਡ ਸਪੋਰਟਸ ਅਵਾਰਡ ਲਾਲੀਗਾ ਐਮ ਵੀ ਪੀ ਲਾਲ ਲੀਗਾ ਐਮ ਵੀ ਪੀ ਲਾਲ ਲੀਗਾ ਮਤਲਬ ਮੈਨ ਆਫ ਦਾ ਮੈਚ ਲਾਲ ਲੀਗਾ ਤੇ ਬਹੁਤ ਵਾਰ ਮਿਲੇ ਨੇ ਮਤਲਬ ਪਲੇਅਰ ਆਫ ਦਾ ਅਵਾਰਡ ਪਲੇਅਰ ਆਫ ਦਾ ਲੀਗ ਚੈਂਪੀਅਨਸ ਲੀਗ ਦਾ ਟੌਪ ਸਕੋਰਰ ਬਰੇਵੋ ਅਵਾਰਡ ਕਾਫੀ ਤਰ੍ਹਾਂ ਦੇ ਅਵਾਰਡ ਨੇ 골ਡਨ ਬੋਏ ਅਵਾਰਡ ਕੋਪਾ ਅਮਰੀਕਾ ਕਾਫੀ ਕੋਪਾ ਅਮਰੀਕਾ ਦੇ ਵਿੱਚ 골ਡਨ ਬਾਲ ਕਿ ਸਰਵੋੱਚ ਖਡਾਰੀ ਕਾਫੀ ਨਿੱਜੀ ਅਵਾਰਡ ਨੇ ਇੰਡੀਵੀਡੂਅਲ ਅਵਾਰਡਸ ਨੇ ਜਿਹੜੇ ਥਰੂਆਊਟ ਦਾ ਕੈਰੀਅਰ ਆਪਣੇ ਪੂਰੇ ਖੇਡ ਜੀਵਨ ਦੌਰਾਨ ਮੈਸੀ ਨੇ ਆਪਣੇ ਨਾਮ ਕੀਤੇ ਨੇ ਇਸ ਤੋਂ ਅੱਗੇ ਇੱਕ ਬਹੁਤ ਕਮਾਲ ਦਾ ਤੱਥ ਇਹ ਹੈ ਕਿ ਮੈਸੀ ਦੀ ਆਪਣੇ ਮੁਲਕ ਦੇ ਵਿੱਚ ਇੰਨੀ ਜ਼ਿਆਦਾ ਪਛਾਣ ਵੱਧ ਚੁੱਕੀ ਸੀ ਇੰਨੇ ਜ਼ਿਆਦਾ ਪ੍ਰਸ਼ੰਸਕ ਵੱਧ ਚੁੱਕੇ ਸੀ ਕਿ ਲੋਕਾਂ ਨੇ ਮੈਸੀ ਤੋਂ ਖੁਸ਼ ਹੋ ਕੇ ਆਪਣੇ ਜਵਾਕਾਂ ਦੇ ਨਾਮ ਮੈਸੀ ਰੱਖਣੇ ਸ਼ੁਰੂ ਕਰਤੇ ਸੀ ਅਰਜنٹੀਨਾ ਦੇ ਵਿੱਚ ਜਵਾਕਾਂ ਦਾ ਮਿਡਲ ਨੇਮ ਮੈਸੀ ਇੰਨਾ ਜ਼ਿਆਦਾ ਰੱਖਿਆ ਜਾਣ ਲੱਗ ਗਿਆ ਕਿ ਅਰਜنٹੀਨਾ ਦੀ ਸਰਕਾਰ ਅਰਜنٹੀਨਾ ਦੇ ਅਧਿਕਾਰੀਆਂ ਨੂੰ ਉੱਥੋਂ ਦੇ ਪ੍ਰਸ਼ਾਸਨ ਨੂੰ ਫਿਕਰ ਪੈਗੀ ਕਿ ਇਸ ਨਾਮ ਦੇ ਜਵਾਕਾਂ ਦੀ ਗਿਣਤੀ ਇੰਨੀ ਹੀ ਵੱਧ ਸਕਦੀ ਹੈ ਕਿ ਸਾਨੂੰ ਜਵਾਕਾਂ ਨੂੰ ਪਛਾਣਨ 'ਚ ਸਮੱਸਿਆ ਆ ਸਕਦੀ ਹੈ ਤਾਂ ਇਸ ਕਰਕੇ ਅਰਜنٹੀਨਾ ਦੀ ਸਰਕਾਰ ਨੇ ਉੱਥੋਂ ਦੇ ਲੋਕਾਂ ਦਾ ਨਾਮ ਉੱਥੋਂ ਦੇ ਨਵ ਜੰਮੇ ਬੱਚਿਆਂ ਦਾ ਨਾਮ ਮੈਸੀ ਰੱਖਣ ਤੇ ਪਾਬੰਦੀ ਲਾਈ ਆ ਇਹ ਸ਼ਾਇਦ ਹੀ ਦੁਨੀਆ ਦੇ ਵਿੱਚ ਕਿਸੇ ਦੇ ਨਾਮ ਨਾਲ ਇਹ ਤੱਥ ਜੁੜੇ ਕਿ ਉਸ ਦਾ ਨਾਮ ਰੱਖਣ ਤੋਂ ਮਨਾਹੀ ਲਾਈ ਗਈ ਹੈ ਕਿ ਲੋਕਾਂ ਨੇ ਇੰਨੀ ਜ਼ਿਆਦਾ ਤਦਾਦ ਦੇ ਵਿੱਚ ਆਪਣੇ ਬੱਚਿਆਂ ਦਾ ਨਾਮ ਮੈਸੀ ਰੱਖਣਾ ਸ਼ੁਰੂ ਕੀਤਾ ਸੀ ਇਹ ਮੈਸੀ ਦਾ ਕੁਝ ਖੇਡ ਜੀਵਨ ਸੀਗਾ ਇਹ ਖੇਡ ਜੀਵਨ ਜਿਹੜੀ ਸ਼ੁਰੂ ਦੇ ਵਿੱਚ ਤੁਸੀਂ ਇੱਕ ਧੁੰਦਲੀ ਜੀ ਇਮੇਜ ਦੇਖੀ ਸੀ ਧੁੰਦਲੀ ਜੀ ਤਸਵੀਰ ਦੇਖੀ ਸੀ ਉਹ ਹੁਣ ਪੂਰੇ ਰੋਸ਼ਨ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਖੈਰ ਪਿਛਲੇ ਹਫਤੇ ਇਹ ਤਾਂ ਇੱਕ ਤਸਵੀਰ ਹੈ ਪਿਛਲੇ ਹਫਤੇ ਤੁਸੀਂ ਇਹਨਾਂ ਪਲਾਂ ਨੂੰ ਦੇਖਿਆ ਜਿਦੇ ਵਿੱਚ ਮੈਸੀ ਨੇ ਆਪਣੀ ਕਪਤਾਨੀ ਹੇਠ ਅਰਜنٹੀਨਾ ਨੂੰ ਵਿਸ਼ਵ ਕੱਪ ਜਿਤਾਉਣ ਦੇ ਵਿੱਚ ਮਦਦ ਕੀਤੀ ਹੈ